ਅਸੀਂ ਇੱਕ ਵੀਡੀਓ ਦੇਖਿਆ ਸੀਗਾ ਜੀ ਅੱਜ ਤੋਂ ਕਈ ਦਿਨ ਪਹਿਲਾਂ ਵਟਸਐਪ 'ਤੇ, ਅਤੇ ਉਸ ਚੱਕਰ 'ਚ ਇੱਕ ਪ੍ਰੈਕਟੀਕਲ ਕੀਤਾ ਸੀ। ਸੇਬ ਲਏ ਸੀ ਮੈਂ ਅਤੇ ਮੇਰੇ ਵੱਡੇ ਵੀਰ ਜੰਡੂ ਵੀਰ ਨੇ, ਅਤੇ ਲੱਗੇ ਹਾਂ ਜੀ ਪ੍ਰੈਕਟੀਕਲ ਕਰਨ। ਦੇਖੋ ਪਰਮਾਤਮਾ ਸੁੱਖ ਰੱਖੇ। ਲਓ ਜੀ, ਬਿਲਕੁਲ ਸਹੀ ਹੈ ਜੀ, ਲੋਟ ਆਫ ਕੈਂਸਰ ਮੋਮ ਲੱਗੀ ਹੈ ਪੂਰੀ। ਜਿਹੜਾ ਕਿ ਜਿਹੜਾ ਖਾਊ ਸਿੱਧਾ ਸਾਡਾ ਨਰਕਾਂ ਨੂੰ ਹੀ ਜਾਊ, ਨਰਕਾਂ ਨੂੰ ਤਾਂ ਪਤਾ ਨਹੀਂ ਜਾਂਦਾ ਕਿ ਨਹੀਂ ਜਾਂਦਾ। ਹਾਂਜੀ ਹਾਂਜੀ, ਲਓ ਜੀ ਲਓ, ਕਿਆ ਬਾਤ ਹੈ ਜੀ। ਹਾਂਜੀ ਹਾਂਜੀ, ਕੈਂਸਰ ਨੂੰ ਸਿੱਧਾ ਸਿੱਧਾ, ਲੋਟ ਆਫ ਮੋਮ ਮੋਮ ਹੀ ਮੋਮ। ਹਾਂਜੀ ਹਾਂਜੀ ਹਾਂਜੀ, ਕਿੰਨੀ ਮੋਮ ਉਤਰੀ ਹੈ। ਲਓ ਜੀ ਲਓ, ਦੱਸੋ ਜੰਡੂ ਭਾਜੀ, ਇੱਕ ਪ੍ਰੈਕਟੀਕਲ ਇੱਕ ਸੇਬ ਤੇ ਹੋਰ ਬਣਦਾ ਸਰ। ਲਓ ਸਟicker ਲਾਏ ਦੇ ਆ ਕਿ ਬਾਅਦ ਦੇ ਸੇਬ। ਹਾਂਜੀ ਹਾਂਜੀ, ਵੀ ਸਟicker ਲਾਏ ਨੇ ਵੀ ਬਹੁਤ ਉੱਚ ਕੁਆਲਿਟੀ ਦੇ ਸੇਬ ਨੇ ਆਪਣਾ। ਲਾ ਲਓ ਜੀ, ਆ ਲਓ ਇਹਨੂੰ ਲਾਈਏ। ਹਾਂਜੀ ਹਾਂਜੀ ਲਾ ਸ਼ੁਰੂ। ਹਾਂਜੀ ਜੰਡੂ ਭਾਜੀ ਲਾਓ। ਲਓ ਜੀ ਲਓ ਜੀ, ਕਿਆ ਬਾਤ ਹੈ ਜੀ, ਮੋਮ ਹੀ ਮੋਮ। ਚਲੋ ਸੇਬ ਦਾ ਤਾਂ ਖਾਲੀ ਨਾਮ ਹੀ ਆ, ਖਾਣੀ ਦਾ ਐਕਚੁਅਲ ਮੋਮ ਹੀ ਸੀ। ਸੇਬ ਖਾਏਗਾ ਸਿਹਤ ਬਣਾਓ। ਆ ਲਓ ਲਓ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲਓ ਜੀ ਲਓ ਜੀ, ਕਿੰਨੀ ਮੋਮ ਲਾਣੀ ਦੇ ਬੁਰੇ ਹਾਲ। ਇਧਰੋਂ ਵੀ ਲਾ ਲਓ ਜੀ। ਹਾਂਜੀ ਹਾਂਜੀ, ਬੁਰੇ ਹਾਲ ਜੀ, ਬੁਰੇ ਹਾਲ। ਇਥੋਂ ਲਾਈਏ, ਚਮਕਦਾ। ਹਾਂਜੀ ਦੇਖੋ, ਸ਼ਾਈਨਿੰਗ ਦੇਖੋ ਜੀ ਸੇਬ ਦੀ, ਬਹੁਤ ਹੀ ਉੱਚ ਕੁਆਲਿਟੀ ਦਾ ਸੇਬ। ਸ਼ਾਈਨਿੰਗ ਉਤਾਰ ਦੀ ਥੋੜੀ ਜੀ। ਹਾਂਜੀ ਲਓ ਲਓ। ਓਏ ਹੋਏ ਹੋਏ, ਕੀ ਯਾਰ ਕੀ ਪੈ ਗੰਦ ਕਲਾਂਦੇ ਲੋਕਾਂ ਨੂੰ। ਹਾਂ ਬਿਮਾਰੀ। ਖਾ ਲਓ ਸੇਬ। ਮੈਂ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ ਸੀ, ਪਰ ਮੈਂ ਆਪਣੀਆਂ ਅੱਖਾਂ ਨਾਲ ਦੇਖ ਕੇ ਇਹਨੂੰ ਸਟicker ਬਾਅਦ ਆ ਲੱਗਿਆ। ਕਮਾਲ ਹੀ ਹੋ ਗਈ ਜੀ, ਕਮਾਲ ਹੀ। ਚਲੋ ਰੱਬ ਭਲਾ ਕਰੇ ਜੀ ਸਭ ਦਾ, ਲੋਕਾਂ ਨੂੰ ਤੰਦਰੁਸਤੀਆਂ ਬਖਸ਼ੇ। ਕਿਉਂ ਜੀ ਡੰਡੂ ਭਾਜੀ। ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ।